ਦਸੂਆ ਹਲਕੇ ਦੇ ਵਿੱਚ ਲਗਾਤਾਰ ਹੋ ਰਹੀਆਂ ਲੁੱਟਖੋਹਾਂ ਦੇ ਕਾਰਨ ਹਲਕੇ ਦੀ ਕਾਨੂੰਨੀ ਵਿਵਸਥਾ ਖਤਰੇ ਵਿੱਚ ਦਿਖਾਈ ਦੇ ਰਹੀ ਹੈ ਇਹ ਕਹਿਣਾ ਹੈ ਦਸੂਆ ਦੇ ਸਾਬਕਾ ਵਿਧਾਇਕ ਮिक्की ਡੋਗਰਾ ਦਾ ਦਸੂਆ ਹਲਕੇ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਅੱਜ ਦਸੂਆ ਦੇ ਕਾਂਗਰਸ ਦੇ ਸਾਬਕਾ ਵਿਧਾਇਕ ਨੇ ਆਪਣੇ ਵਿਚਾਰ ਪੇਸ਼ ਕਰਦੇ ਹਾਂ ਕਿ ਆਮ ਆਮੀ ਪਾਰਟੀ ਸਰਕਾਰ ਆਉਣ ਦੇ ਬਾਅਦ ਲਗਾਤਾਰ ਲੁੱਟਖੋਹਾਂ ਤੇ ਚੋਰੀਆਂ ਤੇ ਕਤਲ ਹੋਣ ਦੀਆਂ ਘਟਨਾਵਾਂ ਹੋ ਰਹੀਆਂ ਹਨ ਉਹਨਾਂ ਨੇ ਕਿਹਾ ਕਿ ਜੇਕਰ ਆਪਣੇ ਹਲਕੇ ਦਸੂਆ ਦੀ ਗੱਲ ਕਰੀਏ ਤਾਂ ਦਸੂਆ ਹਲਕੇ ਦੇ ਵਿੱਚ ਕਾਨੂੰਨੀ ਵਿਵਸਥਾ ਖਤਰੇ ਵਿੱਚ ਦਿਖਾਈ ਦੇ ਰਹੀ ਹੈ ਅੱਜ ਦਿਨ ਕੋਈ ਨਾ ਕੋਈ ਚੋਰੀ ਜਾਂ ਲੁੱਟਖੋਹ ਦੀ ਵਾਦ-ਦਤ ਹੁੰਦੀ ਰਹਿੰਦੀ ਹੈ ਉੱਥੇ ਉਹਨੇ ਕਿਹਾ ਕਿ ਔਰਤਾਂ ਦਾ ਹੁਣ ਘਰ ਦੇ ਵਿੱਚੋਂ ਨਿਕਲਣਾ ਵੀ ਮੁਸ਼ਕਲ ਹੋ ਗਿਆ ਹੈ ਹੁਣ ਤਾਂ ਚੋਰਾਂ ਦੇ ਹੌਸਲੇ ਇੰਨੇ بلند ਹੋ ਚੁੱਕੇ ਹਨ ਕਿ ਦਿਨ ਦੇ ਵਿੱਚ ਹੀ ਸ਼ਰਿਆਂ ਬਾਜ਼ਾਰ ਦੇ ਵਿੱਚੋਂ ਇੱਕ ਔਰਤ ਦੇ ਕੋਲੋਂ ਸਕੂਟਰੀ ਖੋ ਕੇ ਚੋਰ ਫਰਾਰ ਹੋ ਗਏ ਉਹਨੇ ਕਿਹਾ ਕਿ ਦਸੂਏ ਦੇ ਵਿੱਚ ਕੰਢੀ ਖੇਤ ਦੇ ਵੀ ਹਾਲਾਤ ਬਹੁਤ ਹੀ ਜ਼ਿਆਦਾ ਮਾੜੇ ਹਨ ਉਹਨਾਂ ਦੇ ਆਪਣੇ ਪਿੰਡ ਦੇ ਵਿੱਚ ਵੀ ਦੋ ਚੋਰੀਆਂ ਹੋ ਚੁੱਕੀਆਂ ਹਨ ਤੇ ਚੋਰਾਂ ਨੂੰ ਫੜਨ ਵਿੱਚ ਪੁਲਿਸ ਬਿਲਕੁਲ ਨਾਕਾਮ ਰਹੀ ਹੈ ਉਥੇ ਉਹਨੇ ਕਿਹਾ ਕਿ ਮੌਜੂਦਾ ਸਰਕਾਰ ਜਿੱਥੇ ਕਾਨੂੰਨ ਵਿਵਸਥਾ ਸਾਹਮਣੇ ਵਿੱਚ ਬਿਲਕੁਲ ਫੇਲ ਹੋ ਚੁੱਕੀ ਹੈ ਉਥੇ ਉਹਨੇ ਕਿਹਾ ਕਿ ਸਰਕਾਰ ਵੱਲੋਂ ਵਿਕਾਸ ਕਰਨ ਦੇ ਵੀ ਝੂਠੇ ਦਾਅਵੇ ਕੀਤੇ ਜਾ ਰਹੇ ਹਨ ਅਤੇ ਉਹਨਾਂ ਨੂੰ ਕਿਤੇ ਵੀ ਵਿਕਾਸ ਦਿਖਾਈ ਨਹੀਂ ਦੇ ਰਿਹਾ ਤੇ ਬਸ ਕਾਗਜ਼ਾਂ ਦੇ ਵਿੱਚ ਸਰਕਾਰ ਵਿਕਾਸ ਦੇ ਦਾਅਵੇ ਕਰ ਰਹੀ ਹੈ ਮੈਂ ਤਾਂ ਇਹ ਸਮਝਦਾ ਕਿ ਹਲਕੇ ਦੇ ਸੂਬੇ ਦੇ ਹਾਲਾਤ ਜਿਹੜੇ ਹੈ ਬਹੁਤ ਵਧੀਆ ਨਹੀਂ ਨੇ ਚੋਰੀਆਂ ਡਕੈਤੀਆਂ ਖੂਆਂ ਇਹ ਸ਼ਰਿਆਮ ਜਿਹੜੀਆਂ ਇੱਥੇ ਹੋਈਆਂ ਜਿਵੇਂ ਅਸੀਂ ਦੇਖੇ ਸ਼ਹਿਰ ਦੇ ਸੂਏ ਦੇ ਵਿੱਚ ਇੱਕ ਸਾਡੀ ਭੈਣ ਤੋਂ ਸੋਟੀ ਸ਼ਰਿਆਂ ਦਿਨ ਦਿਹਾੜੇ ਖੋ ਕੇ ਲੈ ਗਏ ਉਸ ਤੋਂ ਬਾਅਦ ਪੋਸਟ ਆਫਿਸ ਦੇ ਕੋਲ 272000 ਰੁਪਏ ਜਿਹੜਾ ਹੈ ਉਹ ਲੁੱਟ ਕੇ ਲੈ ਗਏ ਔਰ ਇਹ ਵੀ ਮੈਨੂੰ ਸੁਣਨ ਚ ਆਇਆ ਹੈ ਕਿ ਕਾਫੀ ਰੁਪਈਆ ਜਿਹੜਾ ਹੈ ਜਿਹੜਾ ਸੁਨਿਆਰਾ ਬਾਜ਼ਾਰ ਉੱਥੋਂ ਬੰਦਾ ਲੈ ਕੇ ਫਰਾਰ ਹੋ ਗਿਆ ਔਰ ਜਿੱਥੇ ਮੈਂ ਸ਼ਹਿਰ ਦੀ ਗੱਲ ਕਰ ਰਿਹਾ ਹਾਂ ਉੱਥੇ ਆਪਣੇ ਕੱਢੀ ਇਲਾਕੇ ਦੀ ਵੀ ਗੱਲ ਕਰ ਰਿਹਾ ਹਾਂ ਪਰ ਸੋ ਦੀ ਗੱਲ ਹੈ ਦੋ ਕਪਚੂਰੀਆਂ ਸਾਡੇ ਆਪ ਦੇ ਪਿੰਡ ਹੋ ਗਈਆਂ ਸਾਡੇ ਔਰ ਇਹ ਜਿਹੜਾ ਹਾਲਾਤ ਹੈ ਸਾਡੇ ਹਲਕੇ ਦੇ ਕਿ ਬਹੁਤ ਵਧੀਆ ਜੀਆਂ ਮੈਂ ਸਮਝਦਾ ਲਾਅ ਐਂਡ ਆਰਡਰ ਨਾਲ ਦੀ ਕੋਈ ਕੋਈ ਰਹਿ ਨਹੀਂ ਗਿਆ ਲਾਅ ਐਂਡ ਆਰਡਰ ਨਾਲ ਦੀ ਕੋਈ ਚੀਜ਼ ਤਾਂ ਨੰਦੇ ਰਿਹਾ ਇਹ ਇਹ ਹਲਕੇ ਇਸਾ ਡਿਵੈਲਪਮੈਂਟ ਦੇਖੀਏ ਹਲਕੇ ਡਿਵੈਲਪਮੈਂਟ ਦੇਖੀਏ ਸੀ ਡਿਵੈਲਪਮੈਂਟ ਹਜ ਤੱਕ ਤਾਂ ਕੋ ਸਾਨੂੰ ਡਿਵੈਲਪਮੈਂਟ ਵਸੀ ਨਹੀਂ ਮੇਰਾ ਖਿਆਲ ਤੁਸੀਂ ਲੋਕ ਵੀ ਹਲਕੇ ਘੁੰਮਦੇ ਹੋ ਪੱਤਰਕਾਰ ਹੋ ਪ੍ਰਿੰਟ ਪਿੰਟ ਘੁੰਮਦੇ ਹੋ ਜਗਾ ਜਗਾ ਜਾਂਦੇ ਹੋ ਵੈਲਪਨ ਨਦੀ ਦਾ ਹਾਈ ਰੇ ਕੋਈ ਵੀ ਚੀਜ਼ ਜਿਹੜੀ ਹੈ ਅਸੀਂ ਯਾ ਹਲਕਾ ਵਾਸੀਆ ਨਹੀਂ ਹਜੇ ਤੱਕ ਨਹੀਂ ਦੇਖੀ